बीएसपी ने अपना उम्मीदवार उतार दिया है। इसी कड़ी में बीएसपी के उम्मीदवार सतनाम सिंह अपने समर्थकों के साथ श्री खडूर साहिब के दरबार साहिब में माथा टेका और फिर यहीं से अपने चुनाव प्रचार की शुरुआत की। इस दौरान सतनाम सिंह ने कहा कि अगर हमारी सरकार बनी तो हम गरीब परिवार को सरकारी की सभी योजनाओं का लाभ देंगे। तरनतारन से जसवीर सिंह की रिपोर्ट। ਮੁੱਦੇ ਜੀ ਜੀ ਬਹੁਤ ਬਹੁਤ ਸੰਖਿਆ ਗਿਣਤੀ ਹੈ ਐਸ ਸੀ ਐਸ ਟੀ ਬੀ ਸੀ ਓ ਬੀ ਸੀ ਪੰਜਾਬ ਦੇ ਵਿੱਚ ਇਹਨਾਂ ਰਾਜ ਭਾਗ ਲਿਆਉਣਾ ਚਾਹੁੰਦੇ ਹਾਂ ਜੀ। ਕਿਹੜੀ ਕਿਹੜੀ ਚੀਜ਼ ਲੈ ਕੇ ਚੱਲੋਗੇ? ਹਾਂਜੀ ਕਿਹੜੇ ਮੁੱਦੇ ਲੈ ਕੇ ਚੱਲੋਗੇ? ਕੋਈ ਮੁੱਦਾ ਤਾਂ ਹੋਵੇ ਮੁੱਦਾ, ਐਮ ਐਸ ਸੀ ਮੁੱਦਾ ਜੀ, ਰਾਖਵਾਂਕਰਨ ਮੁੱਦਾ ਹੈ ਜੀ, ਨਸ਼ਿਆਂ ਦਾ ਮੁੱਦਾ ਆ, ਡਰੱਗ ਮੁੱਦਾ ਆ, ਸਿੱਖਿਆ ਦਾ ਮੁੱਦਾ ਆ, ਸਿਹਤ ਦਾ ਮੁੱਦਾ ਆ, ਬਹੁਤ ਸਾਰੇ ਮੁੱਦੇ ਆ ਜੀ ਸਮਾਜ ਦੇ ਵਿੱਚ, ਉਹਨਾਂ ਨੂੰ ਲੈ ਕੇ ਚੱਲ ਰਹੇ ਹਾਂ। ਕੋਈ ਐਸ ਸੀ ਭਾਈਚਾਰੇ ਦਾ ਮੁੱਦਾ ਕੋਈ? ਜੀ ਜੀ ਐਸ ਸੀ ਭਾਈ ਔਫਕੋਰਸ ਮੁੱਦਾ 40% ਵਾਧੀ ਆ, ਜਾਤੀ ਜਨਗਣਨਾ ਹੋਣੀ ਚਾਹੀਦੀ ਹੈ ਇਹਨਾਂ ਦੀ, ਕਿਉਂਕਿ ਕੋਟਾ ਜਿਹੜਾ ਉਹ 25% ਮਿਲ ਰਿਹਾ, ਜਾਤੀ ਜਨਗਣਨਾ ਕਰਾ ਕੇ 40% ਕੋਟਾ ਮਿਲਣਾ ਚਾਹੀਦਾ, ਔਰ ਜੋ ਬੈਕਵਰਡ ਕਲਾਸ ਆ ਉਹਨਾਂ ਦਾ ਜਾਤੀ ਜਨਗਣਨਾ ਕਰਾ ਕੇ ਉਹਨਾਂ ਨੂੰ ਉਹਦਾ ਬਣਦਾ ਹੱਕ ਮਿਲਣਾ ਚਾਹੀਦਾ, ਕਿਉਂਕਿ ਬਹੁਜਨ ਸਮਾਜ ਪਾਰਟੀ ਦਾ ਇੱਕੋ ਹੀ ਨਾਰਾ ਵਾ, ਜਿੰਨੀ ਜਿਸ ਦੀ ਸੰਖਿਆ ਭਾਰੀ ਓਨੀ ਉਸਦੀ ਹਿੱਸੇਦਾਰੀ। ਬੜਦੇ ਅਗਲੀ ਖਬਰ ਕੀ ਔਰ ਤਰਨਤਾਰਨ ਜ਼ਿਲ੍ਹੇ ਕੇ ਬ੍ਰਹਮਾਪੁਰ ਮੰਡੀ ਮੇ ਲਿਫਟਿੰਗ ਨਾ ਹੋਣੇ ਸੇ ਮੰਡੀ ਲੇਬਰ ਖਫਾ ਹੋ ਗਏ। ਗੁੱਸਾਏ ਲੋਗੋਂ ਨੇ ਪੰਜਾਬ ਸਰਕਾਰ ਕੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਆ, ਸਾਥ ਹੀ ਆਪ ਸਰਕਾਰ ਬਣਨੇ ਕੇ 48 ਘੰਟੋਂ ਮੇ दावों की पोल खोल दी है। बताया जा रहा है कि मंडी में बोरियों का भुगतान न होने से लेबर और डीलर दोनों परेशान हैं। दरअसल मंडी में 1.5 लाख से अधिक बोरियों की खरीद हो चुकी है, लेकिन उसका उठाव समय से नहीं हो पा रहा है। 10,000 से नीचे उठाव हुआ है। वहीं लोगों ने बताया कि पिछले 3 दिनों से कोई गाड़ी मंडी में नहीं आई है। साथ ही लोगों ने कहा कि अगर इस समस्या का जल्द समाधान नहीं हुआ ਲੇਬਰ ਜਿਹੜੀ ਵਿਹਲੀ ਬੈਠੀ ਹੋਈ ਸਤਾ ਰਹੀ ਆ ਵੀ ਘਰਾਂ ਨੂੰ ਜਾਣਾ, ਗੱਡੀ ਕੋਈ ਆ ਨੀ ਰਹੀ। ਕੀ ਮੰਗ ਕਰਦੇ? ਮੰਗੇ ਹੋਈ ਆ ਜੀ ਗੱਡੀਆਂ ਦੇਣ, ਇਹ ਵੀ ਲੇਬਰ ਵਾਲੇ ਵੀ ਢੋ ਕੇ ਆਪਦੇ ਘਰਾਂ ਨੂੰ ਜਾਣ, ਗੱਡੀ ਉਹ ਮੰਗ ਆ ਜੀ। ਹਲਕਾ ਵਿਧਾਇਕ ਤੋਂ ਕੋਈ ਮੰਗ ਕਰਦੇ? ਹਾਂਜੀ ਹਲਕਾ ਵਿਧਾਇਕ ਤੋਂ ਕੋਈ ਮੰਗ ਕਰਦੇ? ਆਹੋ ਜੀ, ਕੋਈ ਹਲਕਾ ਵਿਧਾਇਕ ਆਵੇ, ਚਾਹੇ ਕੋਈ ਤਕਰੀਬਨ ਮੰਤਰੀ ਆਵੇ, ਚਾਹੇ ਕੋਈ ਤਕਰੀਬਨ ਪ੍ਰਸ਼ਾਸਨ ਦਾ ਬੰਦਾ ਕੋਈ ਹੋਰ ਆਵੇ, ਉਹ ਸਾਡੀ ਸੁਣੇ ਗੱਲ ਵੀ ਠੀਕ, ਵੀ ਤੁਹਾਨੂੰ ਗੱਡੀਆਂ ਦਿੱਤੀਆਂ ਜਾਣਗੀਆਂ, ਚਾਹੇ ਜਾਂ ਚਮਾਲ ਢਵਾਇਆ ਜਾਊਗਾ ਤੁਹਾਨੂੰ। ਨਹੀਂ ਆਇਆ ਹੈ, ਹਮ ਲੋਗ ਆਏ ਹੈ ਕੰਮ ਕਰਨੇ ਕੇ ਲੀਏ, ਕੰਮ ਤੋਂ 2-4 ਦਿਨ ਚਲਾ, ਲਿਫਟਿੰਗ ਅਭੀ ਹੋ ਹੀ ਨਹੀਂ ਰਹਾ ਯਹਾਂ, ਲਿਫਟਿੰਗ ਕੇ ਲੀਏ ਹਮ ਲੋਗ ਆਜ ਇੱਕ ਹਫਤਾ ਸੇ ਬੈਠੇ ਹੋਏ। ਕਹਾਂ ਕੇ ਰਹਿਣੇ ਵਾਲੇ ਆਪ? ਹਮ ਲੋਗ ਬਿਹਾਰ ਕੇ ਰਹਿਣੇ ਵਾਲੇ। अब जैसे आप कह रहे हैं कि गाड़ी नहीं आ रही है, आपने काम पूरा बोरी भर के यहाँ कंप्लीट कर दिया है ना, और प्रशासन से क्या मांग करते हैं? प्रशासन से यही मांग है, गाड़ी भेजे, हम लोग को छुट्टी करे, बेले खा रहे हैं रोटी, 2 रुपया कमाई नहीं हुआ, 10 रुपया खर्चा पड़ जाता हम लोग को यहाँ बेले बैठे। सर आ नहीं रही की नुआते, अं बड़े दिन बैठे हाँ मंडिया के बच्चे की नुआते, लिफ्टिंग आवे तो गड्डिया माल चुकन, अं 15-20 दिन हो गए दूसरे भर के माल बैठे हैं, ਲਿਫਟਿੰਗ ਆਵੇ ਤਾਂ ਲਿਫਟਿੰਗ ਕਿਨੂਆਂ ਦੇ ਭਰ ਕੇ ਗੱਡੀਆਂ ਵਿਹਲੇ ਹੋਈਏ, ਸਾਰੇ ਮਜ਼ਦੂਰ ਵਿਹਲੇ ਕਈਆਂ ਦਿਨਾਂ ਤੋਂ ਬੈਠੇ ਹਾਂ, ਅਤੇ ਖਰਚਾ ਯਾਨੀ ਕਿ ਉਸ ਦਿਨ ਤੋਂ ਹੀ ਪੈ ਰਿਹਾ ਵਾ। ਕੋਈ ਅਧਿਕਾਰੀ ਇੱਥੇ ਪਹੁੰਚਦਾ ਹੈ ਕਿ ਨਹੀਂ? ਇੱਥੇ ਅਧਿਕਾਰੀ ਕੋਈ ਨਹੀਂ ਪਹੁੰਚਦਾ। ਕਿੰਨੇ ਕੁ ਦਿਨ ਹੋ ਗਏ ਕੋਈ ਅਧਿਕਾਰੀ ਨਹੀਂ ਆਇਆ? 5-6 ਦਿਨ ਹੋ ਗਏ ਸਰ। ਬੋਰੀਆਂ ਸਾਰੀਆਂ ਫਿਰ ਭਰ ਕੇ ਕੰਪਲੀਟ ਕਰਤੀਆਂ? ਹਾਂਜੀ ਕੰਪਲੀਟ ਪਿਆ ਮਾਲ ਸਾਰਾ। ਮਹਿਲਾ ਹੈ ਜੀ ਕਣਕ ਦੀ ਲਗਭਗ ਇੱਥੇ 1,30,000-35,000 ਬੋਰੀ ਮੰਡੀ 'ਚ ਜਿਹੜੀ ਪਰਚੇਜ਼ ਹੋ ਗਈ ਆ, ਲਿਫਟਿੰਗ ਜਿਹੜੀ ਨਾ ਮਾਤਰੀ ਆ ਬਿਲਕੁਲ ਹੀ, ਉਹ ਇੱਕ ਅੱਧੀ ਗੱਡੀ ਕੋਈ ਆਉਂਦੀ ਕਦੀ ਆ ਗਈ ਕਦੀ ਆਈ ਨਾ, ਕਈ ਕਈ ਦਿਨ ਅਤੇ ਹੁਣ ਤਾਂ ਕੱਲ੍ਹ 3-4 ਦਿਨ ਹੋ ਗਏ ਕੋਈ ਵੀ ਗੱਡੀ ਨਹੀਂ ਮੰਡੀ 'ਚ ਇੰਟਰ ਹੋਈ।